ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਪੰਜਾਬ ਤੇ ਹਰਿਆਣਾ ਦੇ ਸ਼ਰਾਬੀਆਂ ਵਾਸਤੇ ਇਹ ਖਬਰ ਬਹੁਤ ਜ਼ਰੂਰੀ ਹੈ, ਕਿਉਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਆਦੇਸ਼ ਜਾਰੀ ਕੀਤੇ ਨੇ। ਇਹਨਾਂ ਆਦੇਸ਼ਾਂ ਦੇ ਚਲਦਿਆਂ ਪੰਜਾਬ ਤੇ ਹਰਿਆਣਾ ਦੇ ਸ਼ਰਾਬ ਦੇ ਠੇਕਿਆਂ ਤੇ ਸ਼ਰਾਬ ਲੈਂਦੇ ਟਾਈਮ ਤੁਹਾਨੂੰ ਬਿੱਲ ਜ਼ਰੂਰ ਮਿਲੇਗਾ। ਜੇਕਰ ਤੁਹਾਨੂੰ ਕੋਈ ਠੇਕੇਦਾਰ ਬਿੱਲ ਨਹੀਂ ਦਿੰਦਾ ਤੇ ਉਸ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ। ਆਓ ਤੁਹਾਨੂੰ ਦਿਖਾਉਂਦੇ ਹਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ, ਜਿਸ ਦੀ ਸ਼ਿਕਾਇਤ ਦੇ ਉੱਤੇ ਇਹ ਸੁਣਵਾਈ ਹੋਈ। ਆਓ ਤੁਹਾਨੂੰ ਦਿਖਾਉਂਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ। ਪੰਜਾਬ ਤੇ ਹਰਿਆਣਾ ਦੇ ਵਿੱਚ ਜੇਕਰ ਤੁਸੀਂ ਸ਼ਰਾਬ ਖਰੀਦਣੀ ਹੈ ਤਾਂ ਤੁਹਾਨੂੰ ਬਿੱਲ ਜ਼ਰੂਰ ਮਿਲੇਗਾ। ਜੇਕਰ ਤੁਹਾਨੂੰ ਠੇਕੇ ਦੇ ਉੱਤੇ ਬਿੱਲ ਦੇਣ ਤੋਂ ਇਨਕਾਰੀ ਕੀਤੀ ਜਾਂਦੀ ਹੈ ਤਾਂ ਠੇਕੇਦਾਰ ਦੇ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਅਰਾਈਵ ਸੇਫ ਸੁਸਾਇਟੀ ਵੱਲੋਂ ਦਾਇਰ ਕੀਤੀ ਯਾਚਿਕਾ ਦੇ ਉੱਤੇ ਸਿੱਧੇ ਤੌਰ ਤੇ ਇਹ ਆਦੇਸ਼ ਜਾਰੀ ਕੀਤੇ ਨੇ। ਤੁਹਾਨੂੰ ਦੱਸ ਦਈਏ, ਅਰਾਈਵ ਸੇਫ ਸੰਸਥਾ ਉਹੀ ਹੈ ਜਿਨ੍ਹਾਂ ਨੇ ਪਹਿਲਾਂ ਵੀ ਨੈਸ਼ਨਲ ਹਾਈਵੇ ਦੇ ਉੱਤੇ ਸ਼ਰਾਬ ਦੇ ਠੇਕੇ ਖੁੱਲ੍ਹਣ ਦਾ ਮਸਲਾ ਚੱਕਿਆ ਸੀ। ਇਸ ਤੋਂ ਬਾਅਦ ਹਾਈ ਕੋਰਟ ਨੇ ਆਦੇਸ਼ ਜਾਰੀ ਕੀਤੇ ਸੀ ਕਿ ਨੈਸ਼ਨਲ ਹਾਈਵੇ ਦੇ ਉੱਤੇ ਸ਼ਰਾਬ ਦੇ ਠੇਕੇ ਨਹੀਂ ਖੁੱਲ੍ਹਣਗੇ। ਹਾਲਾਂਕਿ ਪੰਜਾਬ ਨੇ ਇਸ ਦਾ ਤੋੜ ਕੱਢ ਕੇ ਕੁਝ ਹਾਈਵੇ ਨੂੰ ਸਟੇਟ ਹਾਈਵੇ 'ਚ ਕਨਵਰਟ ਕਰ ਦਿੱਤਾ ਸੀ। ਪਰ ਹੁਣ ਇਸੇ ਸੰਸਥਾ ਨੇ ਨਵਾਂ ਮਸਲਾ ਚੱਕਿਆ ਹੈ ਕਿ ਸ਼ਰਾਬ ਦੇ ਠੇਕੇ ਦੇ ਉੱਤੇ ਬਿੱਲ ਕਿਉਂ ਨਹੀਂ ਮਿਲਦਾ। ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਇਸ ਮਾਮਲੇ ਦੀ ਸੁਣਵਾਈ ਸੀ। ਇਸ ਮਾਮਲੇ ਦੀ ਸੁਣਵਾਈ ਦੇ ਦੌਰਾਨ ਕੀ ਬਣਿਆ, ਤੁਸੀਂ ਆਪ ਹੀ ਸੁਣੋ ਕੀ ਕਹਿ ਰਹੇ ਨੇ ਯਾਚਿਕਾ ਕਰਤਾ। ਦੋ ਕੇਸਿਸ ਥੇ, ਪਹਿਲਾ ਥਾ ਜੋ ਪੰਜਾਬ ਔਰ ਹਰਿਆਣਾ ਮੇਂ ਜਿਤਨੇ ਵੀ ਠੇਕੇ ਹੈ ਉਸ ਪੇ ਅਗਰ ਹਮ ਕੋਈ ਵੀ ਬੋਟਲ ਲੇਤੇ ਹੈ ਸ਼ਰਾਬ ਕੀ, ਚਾਹੇ ਵੋ ਬੀਅਰ ਕੀ ਹੈ, ਚਾਹੇ ਵਿਸਕੀ ਕੀ ਹੈ, ਉਸ ਹਰੇਕ ਪਰਚੇਸ ਕੇ ਉੱਪਰ ਹਮੇਂ ਬਿੱਲ ਮਿਲਣਾ ਚਾਹੀਏ। ਇਸ ਚੀਜ਼ ਕਾ ਕੋਰਟ ਕਾ ਆਰਡਰ ਥਾ, ਲੇਕਿਨ ਪੰਜਾਬ ਔਰ ਹਰਿਆਣਾ ਦੋਨੋਂ ਸਟੇਟਸ ਮੇਂ ਕਿਸੀ ਵੀ ਠੇਕੇ ਪਰ ਅਭੀ ਤੱਕ ਕੋਈ ਵੀ ਠੇਕੇਦਾਰ ਬਿੱਲ ਨਹੀਂ ਦੇ ਰਹਾ। ਤੋ ਉਸ ਮੇਂ ਕੋਰਟ ਨੇ ਬਹੁਤ ਸਪਸ਼ਟ ਤੌਰ ਪੇ ਹਮਨੇ ਬੈਚ ਨੰਬਰਸ ਵੀ ਦੀਏ ਹੈ ਕੁਝ ਬੋਟਲਸ ਕੇ, ਜੋ ਹਮਨੇ ਅਲੱਗ ਅਲੱਗ ਠੇਕੋਂ ਸੇ ਲੇਕਰ ਕੋਰਟ ਮੇਂ ਸਬਮਿਟ ਕੀਆ ਹੈ। ਤੋ 18th ਤੱਕ ਕੋਰਟ ਨੇ ਉਸ ਮੇਂ ਆਪਣਾ ਰੀਜ਼ਨ ਬਤਾਨਾ ਸਟੇਟਸ ਨੇ ਕਿ ਵਾਈ ਦੇ ਹੈਵ ਨਾਟ ਇਸ਼ੂ ਬਿੱਲ। ਤੋ ਅਬ ਸੇ ਯੇ ਹੋਗਾ ਕਿ ਜੋ ਠੇਕੇਦਾਰ ਬਿੱਲ ਨਹੀਂ ਦੇਗਾ ਵੋ ਵੀ ਕੋਰਟ ਮੇਂ ਪਾਰਟੀ ਬਨੇਗਾ। ਔਰ ਆਪਕੇ ਥਰੂ ਮੈਂ ਇੱਕ ਰਿਕੁਐਸਟ ਕਰਨਾ ਚਾਹਤਾ ਹੂੰ ਸਭ ਲੋਗੋਂ ਸੇ ਕਿ ਅਗਰ ਆਪ 43 ਤੇ ਹੋ ਪਲੀਜ਼ ਕਾਇੰਡਲੀ ਉਸਕਾ ਬਿੱਲ ਮੰਗੋ, ਦੈਟ ਇਜ਼ ਯੋਰ ਰਾਈਟ। ਉਸੀ ਕੇ ਲੀਏ ਹਮਨੇ ਇਹ ਸਾਰੀ ਲੜਾਈ ਲੜੀ ਹੈ, ਬਿਕੋਜ਼ ਯੂ ਸ਼ੁਡ ਗੈਟ ਕੁਆਲਿਟੀ ਕੇਸਿਸ। ਦੇਖੋ ਅਭੀ ਤੱਕ ਜੋ ਸਟੇਟਸ ਹੈ ਬਿਕੋਜ਼ ਵੋ ਠੇਕੇਦਾਰੋਂ ਕੀ ਇਤਨੀ ਜ਼ਿਆਦਾ ਸਪੋਰਟ ਕਰ ਰਹੇ ਹੈ ਕਿ ਅਭੀ ਤੱਕ ਉਹਨਾਂ ਨੇ ਇਹ ਨਹੀਂ ਬਤਾਇਆ ਕਿ ਕਹਾਂ ਬਿੱਲ ਮਿਲ ਰਿਹਾ ਹੈ। ਲੇਕਿਨ ਉਹ ਕਹਿੰਦੇ ਜੀ ਸਭ ਠੇਕੋਂ ਪੇ ਪੰਜਾਬ ਹਰਿਆਣਾ ਮੇਂ ਆਪ ਕਹੀਂ ਵੀ ਜਾਓਗੇ ਆਪਕੋ ਹਰ ਵਾਰ ਬਿੱਲ ਮਿਲੇਗਾ, ਜੋ ਕਿ ਇੱਕ ਬਿਲਕੁਲ ਝੂਠ ਬਾਤ ਹੈ ਵਿਚ ਇਜ਼ ਫੈਕਚੁਲੀ ਇਨਕਰੈਕਟ। ਮੈਨੇ ਆਪਣੇ ਆਪ ਦੋਨੋਂ ਸਟੇਟਸ ਮੇਂ ਤਕਰੀਬਨ 10 ਬੋਤਲੇ ਮੇਰੇ ਪਾਸ ਪੜੀ ਹੈ ਜਿਸ ਕਾ ਕੋਈ ਬਿੱਲ ਨਹੀਂ ਮਿਲਾ ਅਲੱਗ ਅਲੱਗ ਠੇਕੋਂ ਸੇ ਲੀ ਹੋਈ, ਲੇਕਿਨ ਅਭੀ ਤੱਕ ਕੋਈ ਸਟੇਟਸ ਰਿਪੋਰਟ ਕਿਸੀ ਵੀ ਸਟੇਟ ਕੀ ਤਰਫ ਸੇ ਨਹੀਂ ਦੀ ਗਈ।